ਸਤਿ ਸ਼੍ਰੀ ਅਕਾਲ ਜੀ, ਮੈਂ ਧਰਮਿੰਦਰ ਸਿੰਘ, ਜਨਰਲ ਸੈਕਟਰੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ। ਵੱਡੇ ਸਮਰਥਨ ਦੇ ਨਾਲ 92 ਸੀਟਾਂ ਲੈ ਕੇ ਪੰਜਾਬ ਦੀ ਸੱਤਾ ਦੀ ਕੁਰਸੀਆਂ ਦੇ ਉੱਪਰ ਆਈ ਹੋਈ ਮਾਨ ਸਰਕਾਰ ਅੱਜ ਦੇ ਸਮੇਂ ਦੇ ਵਿੱਚ ਦੇਖੀਏ ਲੜਖੜਾਈ ਹੋਈ ਜਾਪਦੀ ਹੈ। ਅੱਡ ਅੱਡ ਲੋਕ ਨੂੰ ਬਾਰੇ ਨਾਅਰੇ ਲੈ ਕੇ ਚੋਣਾਂ ਦੇ ਵਿੱਚ ਉਤਰੀ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰਾਂਗੇ, ਨਸ਼ੇ ਨੂੰ ਖਤਮ ਕਰਾਂਗੇ, ਗੈਰ ਕਾਨੂੰਨੀ ਮਾਈਨਿੰਗ ਨੂੰ ਖਤਮ ਕਰਾਂਗੇ, ਹੋਰ ਕਈ ਗੱਲਾਂ। ਇਹ ਤਿੰਨ ਤਾਂ ਕੇਂਦਰਿਤ ਹੀ ਹੈ, ਪਰ ਪੰਜਾਬ ਦਾ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਦਾ ਮਾਹੌਲ ਆਪਾਂ ਦੇਖਿਆ, ਪੰਜਾਬ ਦੇ ਇੱਕ ਪ੍ਰਸਿੱਧ ਗਾਇਕ ਦਾ ਕਤਲ ਹੋ ਜਾਣਾ, ਅੱਜ ਹੀ ਲੁਧਿਆਣੇ ਦੇ ਵਿੱਚ ਇੱਕ ਬੱਸ ਦੀ ਵਿੱਚ ਚੋਰੀ ਹੋਣਾ ਜਾਂ ਡਕੈਤੀ ਹੋਣਾ, ਸਾਫ ਜਾਪਦਾ ਵੀ ਪੰਜਾਬ ਦਾ ਮਾਹੌਲ ਕੋਈ ਜ਼ਿਆਦਾ ਚੰਗਾ ਨਹੀਂ ਹੈ। ਪੰਜਾਬ ਦੀ ਨੌਜਵਾਨੀ ਜਿਹੜਾ ਪੜ੍ਹ ਲਿਖ ਕੇ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਹੈ, ਉਹ ਇਹ ਵੀ ਮਹਿਸੂਸ ਕਰਨ ਲੱਗ ਪਈ ਹੈ ਵੀ ਪੰਜਾਬ ਦੇ ਵਿੱਚ ਜਿਹੜਾ ਆ ਹੁਣ ਜੀਵਨ ਸੌਖਾ ਨਹੀਂ ਹੈ, ਪੰਜਾਬ ਦੇ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ। ਇਹਦੇ ਉੱਪਰ ਸੋਚਣਾ ਚਾਹੀਦਾ ਸਰਕਾਰ ਨੂੰ। ਉਹ ਤੋਂ ਇਲਾਵਾ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਵਿੱਚ ਗੱਲ ਵਾਪਰੀ ਹੈ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ, ਕਿਉਂਕਿ ਮਾਨ ਸਰਕਾਰ ਦੀ ਮਿਨਿਸਟਰੀ ਦੇ ਵਿੱਚ ਹਰਜੋਤ ਬੈਂਸ, ਜਿਨ੍ਹਾਂ ਕੋਲ ਮਾਈਨਿੰਗ ਦਾ ਖੇਤਰ ਹੈ, ਤੇ ਉਹਨਾਂ ਨੇ ਬਿਆਨ ਦਿੱਤਾ ਵੀ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਪੂਰਨ ਤੌਰ ਤੇ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਬੰਦ ਹੈ, ਅਸੀਂ ਪੜਤਾੜੇ ਹੋਏ ਹਾਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਨਾਲ। ਇਸੇ ਗੱਲ ਨੂੰ ਦੇਖਣ ਦੇ ਲਈ ਅਸੀਂ ਜ਼ਮੀਨ ਦੇ ਉੱਪਰ ਜਾ ਕੇ ਦੇਖਿਆ, ਤੇ ਉਸੇ ਜ਼ਮੀਨ ਦੇ ਉੱਪਰ ਜਿਸ ਜ਼ਮੀਨ ਦੇ ਉੱਪਰ ਅਕਾਲੀ ਭਾਜਪਾ ਦਾ ਗੱਠਜੋੜ ਮਾਈਨਿੰਗ ਕਰਾਉਂਦਾ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਸਰਕਾਰ ਮਾਈਨਿੰਗ ਕਰਵਾਉਂਦੀ ਰਹੀ ਹੈ, ਉਸੇ ਜ਼ਮੀਨ ਦੇ ਉੱਪਰ ਭਗਵੰਤ ਮਾਨ ਦੀ ਇਹ ਆਮ ਆਦਮੀ ਦੀ ਸਰਕਾਰ ਵੀ ਗੈਰ ਕਾਨੂੰਨੀ ਮਾਈਨਿੰਗ ਕਰਾ ਰਹੀ ਸੀ। ਉਹਦੀ ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ, ਉਸ ਵੀਡੀਓ ਦੇ ਨਾਲ ਇਸ ਖੇਤਰ ਦਾ ਜਿਹੜਾ ਮਾਈਨਿੰਗ ਦਾ ਅਫਸਰ ਹੈ ਜਾਂ ਜੇਈ ਹੈ, ਅਜੇ ਪਾਂਡੇ ਨਾਮ ਦਾ ਸ਼ਖਸ ਸਰਕਾਰੀ ਅਫਸਰ ਹੈ, ਮੈਨੂੰ ਨਹੀਂ ਲੱਗਦਾ ਕਦੀ ਸਰਕਾਰੀ ਗੱਡੀਆਂ ਤੋਂ ਬਾਹਰ ਨਿਕਲੇ ਹੋਣਗੇ, ਤੇ ਉਹ ਦੱਸ ਰਿਹਾ ਵੀ ਇਹ ਸਾਡੀ ਇੱਕ ਲੀਗਲ ਸਾਈਟ ਹੈ ਜਿੱਥੋਂ ਅਸੀਂ ਮਾਈਨਿੰਗ ਕਰਦੇ। ਉਸ ਸਾਈਟ ਤੇ ਜਦੋਂ ਅਸੀਂ ਦੇਖਿਆ, ਤੇ ਉਸ ਸਾਈਟ ਤੇ ਉੱਪਰ ਉਹ ਕਹਿ ਰਿਹਾ ਵੀ 10 ਫੁੱਟ, ਜਦੋਂ ਅਸੀਂ ਉਹਨੂੰ ਪੁੱਛਿਆ ਵੀ ਕਿੰਨੀ ਤੁਸੀਂ ਲੀਗਲ, ਚਲੋ ਠੀਕ ਹੈ ਮੰਨ ਲੈਂਦੇ ਹਾਂ ਤੁਹਾਡੀ ਇਹ ਲੀਗਲ ਸਾਈਟ ਹੈ, ਕਿੰਨੀ ਮਾਈਨਿੰਗ ਕਰ ਸਕਦੇ ਹੋ, ਤੇ ਅਜੇ ਪਾਂਡੇ ਨੇ ਜਵਾਬ ਦਿੱਤਾ 10 ਫੁੱਟ, ਤੇ ਉਹ 10 ਫੁੱਟ ਦੀ ਮਾਈਨਿੰਗ ਉਹਨੂੰ ਦੱਸਣ ਦੇ ਲਈ 50 ਫੁੱਟ ਪੁੱਟੇ ਹੋਏ ਖੱਡੇ ਦੇ ਉੱਪਰ ਤੱਕ ਮੇਰੇ ਨਾਲ ਜਾਣਾ ਪਿਆ। ਪਰ ਇੱਕ ਹੋਰ ਖਾਸ ਗੱਲ ਹੈ ਵੀ ਇੱਕ ਤਾਂ ਅਕਾਲੀ ਭਾਜਪਾ ਦੀ ਉਹ ਸਰਕਾਰ ਰਹੀ, ਸਾਡੇ ਖੇਤ ਪੜਦੀ ਰਹੀ, ਪਹਾੜ ਪੜਦੀ ਰਹੀ, ਕਾਂਗਰਸ ਦੀ ਸਰਕਾਰ ਰਹੀ, ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਨ ਹਜੇ ਤੱਕ ਨਹੀਂ ਦੱਸਿਆ ਵੀ ਕੀ ਉਹਨੂੰ ਕੋਈ ਨਵੀਂ ਪਾਲਿਸੀ ਬਣਾਈ ਹੈ ਜਾਂ ਨਹੀਂ ਹੈ, ਨਾ ਉਹ ਜਨਤਕ ਕੀਤੀ। ਹਾਲਾਂਕਿ ਕਈ ਅਜਿਹੀ ਸ਼ਖਸੀਅਤਾਂ ਦੀ ਜਿਹੜੀ ਸਿਕਿਉਰਟੀਆਂ ਉਹ ਗੱਲਾਂ ਜਨਤਕ ਕਰਕੇ ਉਹਨਾਂ ਦੇ ਕਤਲ ਦੀ ਕਾਰਨ ਜ਼ਰੂਰ ਇਹ ਸਰਕਾਰ ਬਣੀ ਹੈ, ਪਰ ਜਿਹੜੀਆਂ ਪਾਲਿਸੀਆਂ ਲੋਕ ਹਿੱਤ ਦੇ ਲਈ ਵਰਤੀਆਂ ਜਾਣੀਆਂ ਉਹ ਅਜੇ ਤੱਕ ਜਨਤਕ ਨਹੀਂ ਕੀਤੀਆਂ, ਨਾ ਦੱਸੀਆਂ ਵੀ ਪੰਜਾਬ ਦੇ ਵਿੱਚ ਕੋਈ ਮਾਈਨਿੰਗ ਪਾਲਿਸੀ ਬਣੀ ਵੀ ਹੈ ਜਾਂ ਨਹੀਂ। ਕਿਉਂਕਿ 2016 ਦਾ ਜਿੱਥੋਂ ਤੱਕ ਮੈਨੂੰ ਪਤਾ, 2016 ਦੇ ਵਿੱਚ ਤੱਕ ਜਦੋਂ ਕਾਂਗਰਸ ਸਰਕਾਰ ਦਾ ਸਮਾਂ ਸੀ, ਉਦੋਂ ਤੱਕ ਲਾਸਟ ਪਾਲਿਸੀ 2016 ਦੀ ਆਈ ਹੋਈ ਹੈ, ਉਸ ਤੋਂ ਬਾਅਦ ਮਾਈਨਿੰਗ ਦੀ ਕੋਈ ਪਾਲਿਸੀ ਨਹੀਂ ਪੰਜਾਬ ਦੇ ਵਿੱਚ ਪੇਸ਼ ਹੋਈ, ਤੇ ਜੇ ਮਾਨ ਸਰਕਾਰ ਨੇ ਕੋਈ ਬਣਾਈ ਵੀ ਹੈ ਤੇ ਉਹਨੂੰ ਵੀ ਜਨਤਕ ਕਰਨਾ ਉਹਦੀ ਜ਼ਿੰਮੇਵਾਰੀ ਸੀ, ਦੱਸੇ ਵੀ ਕਿੱਦਾਂ ਦੀ ਮਾਈਨਿੰਗ ਹੋਣੀ ਚਾਹੀਦੀ ਹੈ। ਜਿੱਦਾਂ ਕਹਿ ਰਹੇ ਆ ਵੀ ਉਹ 10 ਫੁੱਟ ਜਿਹੜੀ ਮਾਈਨਿੰਗ ਕਰ ਸਕਦੇ ਆ, 3 ਮੀਟਰ ਮਾਈਨਿੰਗ ਕਰ ਸਕਦੇ ਆ, ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਵੀ ਜਿਸ ਜਗ੍ਹਾ ਦੇ ਉੱਪਰ ਉਹ ਮਾਈਨਿੰਗ ਕੀਤੀ ਜਾ ਰਹੀ ਹੈ, ਉਸ ਜਗ੍ਹਾ ਦੇ ਉੱਪਰ ਕੱਲ ਨੂੰ ਉਹ ਪੱਟੀ ਹੋਈ ਜ਼ਮੀਨ, ਮਿੱਟੀ, ਰੇਤੋ, ਪੱਥਰ ਜੋ ਵੀ ਉਹ ਪੱਟ ਰਹੇ ਹੈ ਉਹਦੀ ਭਰਪਾਈ ਕਿਸ ਤਰੀਕੇ ਦੇ ਨਾਲ ਹੋਣੀ ਹੈ, ਕੀ ਮਿਨਰਲ ਮਾਈਨਿੰਗ ਪਾਲਿਸੀ ਇਸ ਗੱਲ ਦਾ ਪਾਬੰਦ ਨਹੀਂ ਕਰਦੀ ਵੀ ਜਿੱਥੋਂ ਮਾਈਨਿੰਗ ਕੀਤੀ ਜਾਣੀ ਹੈ ਉਹਦਾ ਕੱਲ ਨੂੰ ਭਰਪਾਈ ਵੀ ਉਸ ਮਿੱਟੀ ਦੀ ਹੋਣੀ ਚਾਹੀਦੀ ਹੈ। ਜਿੱਥੋਂ ਖੱਡਾਂ ਦਾ ਜਿਹੜਾ ਜ਼ਿਕਰ ਕਰਦੇ ਆ, ਖੱਡਾਂ ਉਹੀ ਹੁੰਦੀਆਂ ਆ, ਪਹਾੜਾਂ ਦੇ ਨਾਲ ਇੱਕ ਪੱਧਰਾ ਜਿਹਾ ਏਰੀਆ ਜਿੱਥੇ ਬਾਰਿਸ਼ ਦੇ ਨਾਲ ਰੇਤਾ ਬਹਿ ਕੇ ਆਉਣਾ, ਪੱਥਰ ਬਹਿ ਕੇ ਆਉਣਾ, ਤੇ ਬਾਅਦ ਦੇ ਵਿੱਚ ਉਹ ਇੱਕ ਤਹਿਸ਼ੁਦਾ ਜਿੰਨੀ ਕੁ ਆਕਸ਼ਨ ਕਰਨੀ ਉਨੀ ਕੁ ਪੱਟ ਕੇ ਉਹ ਲੋਕਾਂ ਦੇ ਵਰਤੋਂ ਦੇ ਲਈ ਵਰਤੀ ਜਾਣੀ ਹੈ। ਪਰ ਇਹ ਤਾਂ ਹਾਲ ਹੋਰ ਜ਼ਿਆਦਾ ਬੁਰਾ ਹੈ ਵੀ ਤੁਸੀਂ ਖੇਤ ਹੀ ਪੱਟੀ ਜਾ ਰਹੇ ਹੋ, ਕਿਉਂਕਿ ਸਾਨੂੂੰ ਵੀ ਪਤਾ ਇਸ ਗੱਲ ਦਾ ਵੀ ਜਿਹੜੀ ਜ਼ਮੀਨ ਦੇ ਉੱਪਰ ਤੈਅ ਹੁੰਦੀ ਹੈ, ਜਿਹਦੇ ਤੇ ਫਸਲ ਹੋਣੀ ਹੁੰਦੀ ਹੈ, ਉਹ ਕਾਫੀ ਸਮੇਂ ਬਾਅਦ ਤਿਆਰ ਹੁੰਦੀ ਹੈ, ਕਾਫੀ ਸਮੇਂ ਬਾਅਦ ਤਿਆਰ ਹੁੰਦੀ ਹੈ। ਤੇ ਅੱਜ ਹਾਲਾਤ ਇਹ ਹੈ ਵੀ ਅਸੀਂ ਉਹ ਜ਼ਮੀਨ ਲਗਾਤਾਰ ਪੱਟੀ ਜਾ ਰਹੇ ਹਾਂ ਤੇ ਦੱਸ ਹੀ ਨਹੀਂ ਰਹੇ ਵੀ ਕਿਸ ਪ੍ਰਕਾਰ ਦੇ ਨਾਲ ਮਾਈਨਿੰਗ ਹੋਣੀ ਹੈ, ਤੇ ਉਹ ਜ਼ਮੀਨ ਦੀ ਭਰਪਾਈ, ਕਿਉਂਕਿ ਜਿਸ ਖੇਤਰ ਦੀ ਅਸੀਂ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕੀਤੀ, ਉੱਥੇ ਉਸ ਜਗ੍ਹਾ ਤੋਂ 10 ਕਿਲੋਮੀਟਰ ਦੇ ਦਾਇਰੇ ਤੱਕ ਕੋਈ ਦਰਿਆ ਹੀ ਨਹੀਂ ਹੈ ਵੀ ਕੱਲ ਨੂੰ ਅਸੀਂ ਉਹ 100 ਫੁੱਟ 200 ਫੁੱਟ ਦੀ ਪਟਾਈ ਕਰ ਲਈ, ਚਲੋ ਇਹਨਾਂ ਦੇ ਕਹਿਣ ਦੇ ਹਿਸਾਬ ਦੇ ਨਾਲ 10 ਫੁੱਟ ਵੀ ਪਟਾਈ ਕਰ ਲਈ, ਕੱਲ ਨੂੰ ਉਹ ਭਰਪਾਈ ਉੱਥੋਂ ਕਿੱਥੋਂ ਹੋਣੀ ਹੈ? ਜਿਹੜੇ ਨਾਲ ਲੱਗਦੇ ਖੇਤ ਹੈ, ਜਿਹੜੇ ਵਾਹੀਯੋਗ ਸੀ,
ਉਹ ਖੇਤ ਵੀ ਪੱਟ ਕੇ ਡਿੱਗ ਕੇ ਬਾਰਿਸ਼ ਦੇ ਨਾਲ ਹੇਠਾਂ ਹੀ ਆਣਗੇ। ਇਸੇ ਇਲਾਕੇ ਦੇ ਵਿੱਚ ਟਿਊਬਲ ਕਾਰਪੋਰੇਸ਼ਨ ਦੇ ਇੱਕ ਮਹਿਕਮਾ ਹੈ ਜਿਹਦੇ ਵਿੱਚ ਕਿਸਾਨਾਂ ਦੇ ਇਰੀਗੇਸ਼ਨ ਦੇ ਲਈ, ਕਿਸਾਨਾਂ ਦੀ ਫਸਲਾਂ ਨੂੰ ਪਾਣੀ ਦਾ ਪ੍ਰਬੰਧ ਕਰਾਉਣ ਦੇ ਲਈ ਵੱਡੇ ਵੱਡੇ ਜਿਹੜੇ ਬੋਰ ਕੀਤੇ ਗਏ, ਬੋਰ ਜ਼ਮੀਨ ਦੇ ਵਿੱਚੋਂ ਪਾਣੀ ਕੱਢਣ ਦੇ ਲਈ। ਰੈੱਡ ਕਲਰ ਦੇ ਉਹ ਕਮਰੇ ਜੇ ਬਣੇ ਹੁੰਦੇ ਆ ਅਤੇ ਜ਼ਮੀਨ 200-200 150 ਏਕੜ ਕਿੱਲੇ ਜ਼ਮੀਨ ਨੂੰ ਪਾਣੀ ਇੱਕ ਬੋਰ ਦਿੰਦਾ ਰਿਹਾ ਹੈ। ਉਸ ਖੇਤਰ ਦੇ ਵਿੱਚ ਵੀ ਇਹ ਬੋਰ ਲੱਗਾ ਹੋਇਆ। 50 ਬੋਰ ਹੈ ਅਜਿਹੇ ਜਿਹੜੇ ਪੰਜਾਬ ਦੇ ਸਾਡੇ ਹੁਸ਼ਿਆਰਪੁਰ ਦੇ ਹਾਜ਼ੀਪੁਰ ਦੇ ਖੇਤਰ ਦੇ ਵਿੱਚ ਹੈ ਜਿਹੜੇ 50 ਇਹਨਾਂ ਨੇ ਤਹਿਸ ਨਹਿਸ ਕਰ ਦਿੱਤੇ ਆ। 100 ਬਚੇ ਹੋਏ ਉਹ ਵੀ ਥੋੜ੍ਹੇ ਸਮੇਂ ਤੱਕ ਤਹਿਸ ਨਹਿਸ ਕਰ ਦੇਣਗੇ। ਪਰ ਇਹ ਸਵਾਲ ਹੈ ਸਾਡੀ ਪੰਜਾਬ ਦੀ ਮਾਨ ਸਰਕਾਰ ਨੂੰ, ਨਾ ਤਾਂ ਤੁਹਾਡੇ ਕੋਲ ਅਮਨ ਸ਼ਾਂਤੀ ਪੰਜਾਬ ਦੀ ਬਹਾਰ ਰੱਖੀ ਜਾ ਰਹੀ ਹੈ, ਪੰਜਾਬ ਦਾ ਨੌਜਵਾਨਾਂ ਦੇ ਲਈ ਰੁਜ਼ਗਾਰ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਜਾ ਰਿਹਾ। ਰੈਲੀ ਦੇ ਵਿੱਚ ਬੜਾ ਸੋਹਣਾ ਮਾਨ ਸਾਹਿਬ ਨੇ ਇੰਨੀ ਗੱਲ ਕਹੀ ਸੀ ਕਿ ਮੈਨੂੰ ਇਹ ਨੌਜਵਾਨ ਠੀਕ ਨਹੀਂ ਲੱਗਦੇ, ਮੇਰੇ ਗੱਡੀਆਂ ਦੇ ਪਿੱਛੇ ਵੀ ਮੋਟਰਸਾਈਕਲਾਂ ਦਾ ਕਾਫਲਾ ਅਤੇ ਅੱਗੇ ਵੀ ਹੈ ਅਤੇ ਮੇਰਾ ਹਰਾ ਪੈਨ ਆਏਗਾ, ਸਭ ਤੋਂ ਪਹਿਲਾਂ ਇਹਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਾਂਗਾ। 3 ਮਹੀਨੇ ਬੀਤ ਚੱਲੇ ਹੈ, ਰੁਜ਼ਗਾਰ ਦਾ ਕੋਈ ਸਰਕਾਰ ਨੇ ਪ੍ਰਬੰਧ ਹੀ ਨਹੀਂ ਕੀਤਾ। ਸੰਜੀਦਗੀ ਹੋਣੀ ਚਾਹੀਦੀ ਹੈ, ਪੰਜਾਬ ਦੀ ਨੌਜਵਾਨੀ ਨੂੰ ਵੀ ਦੇਖਣਾ ਚਾਹੀਦਾ ਵੀ ਇਹ ਸਰਕਾਰ ਜਿਹਦੇ ਲਈ ਲਗਾਤਾਰ ਅਸੀਂ ਸੋਸ਼ਲ ਮੀਡੀਆ 'ਤੇ ਕੰਪੇਨ ਕਰ ਰਹੇ ਹਾਂ, ਉਹਦੇ ਜਿਹੜੇ ਭਗਤ ਹੁਣ ਅੰਧ ਭਗਤ ਬਣ ਗਏ ਹੈ ਬੀਜੇਪੀ ਦੀ ਤਰ੍ਹਾਂ, ਉਹ ਲਗਾਤਾਰ ਹੁਣ ਹਮਲਾ ਕਰ ਰਹੇ ਹੈ ਜਦੋਂ ਲੋਕ ਕਾਊਂਟਰ ਕਰਦੇ ਆ ਉਹਨਾਂ ਦੀ ਗਲਤ ਪੋਲਿਸੀਆਂ ਦੇ ਉੱਪਰ। ਇਹ ਦੇਖਣਾ ਚਾਹੀਦਾ ਨੌਜਵਾਨੀ ਨੂੰ ਵੀ ਇਹ ਸਰਕਾਰ ਉਹ ਸਰਕਾਰ ਨਹੀਂ ਜਿਸ ਸਰਕਾਰ ਨੂੰ ਇਹਨਾਂ ਨੇ ਚੁਣ ਕੇ ਦਿੱਤਾ। ਇਹ ਕੋਈ ਆਮ ਆਦਮੀ ਨਹੀਂ ਲੱਗਦੇ, ਖਾਸ ਉਹੀ ਖਾਸ ਲੋਕ ਹੈ ਜਿਹੜੇ ਖਾਸ ਉਹਨਾਂ ਵੱਡੇ ਵੱਡੇ ਅਮੀਰਾਂ ਨੂੰ ਫਾਇਦਾ ਦੇਣ ਦੇ ਲਈ ਆਏ। ਉਹ ਮਾਈਨਿੰਗ ਦਾ ਜਿਹੜਾ ਜ਼ਿਕਰ ਜਿੱਥੇ ਮੈਂ ਕੇਂਦਰਿਤ ਹੋਣਾ ਚਾਹੁੰਦਾ ਵੀ ਜਿਹੜੀ ਮਾਈਨਿੰਗ ਉੱਥੇ ਉਸੇ ਤਰੀਕੇ ਦੇ ਨਾਲ ਹੋ ਰਹੀ ਹੈ ਅਤੇ SDM ਨੇ ਵੀ ਉਸ ਜਗ੍ਹਾ ਦੇ ਉੱਪਰ SDM ਮੁਕੇਰੀਆਂ ਨੇ ਦੌਰਾ ਕੀਤਾ, DSP ਮੁਕੇਰੀਆਂ ਨੇ ਵੀ ਦੌਰਾ ਕੀਤਾ, SHO ਨੂੰ ਵੀ ਦੌਰਾ ਕੀਤਾ ਹੋਏਗਾ। ਪਰ ਮੈਨੂੰ ਨਹੀਂ ਲੱਗਦਾ ਵੀ ਹਾਲੇ ਤੱਕ ਕੋਈ ਕਾਰਵਾਈ ਕੀਤੀ ਹੋਏਗੀ, ਕਿਉਂਕਿ ਹਿੱਸਾਪੱਤੀ ਵੀ ਹੋ ਸਕਦੀ ਹੈ, ਕਰਪਸ਼ਨ ਇਹ ਹੈ ਅਸਲ ਦੇ ਵਿੱਚ, ਕਰਪਸ਼ਨ ਬਲੈਕ ਮਨੀ ਦਾ ਕੇਂਦਰਿਤ ਇਹ ਹੈ ਮਾਈਨਿੰਗ ਵਰਗਾ ਕਾਰੋਬਾਰ ਜਿੱਥੇ ਕੋਈ ਮਤਲਬ ਕਿ ਲਿਖਤ ਪੜ੍ਹਤੀ ਨਹੀਂ ਹੈ ਵੀ ਕਿੱਥੋਂ ਇਹ ਪੈਸਾ ਤਿਆਰ ਕੀਤਾ ਜਾ ਰਿਹਾ ਹੈ, ਕੋਈ ਰਿਕਾਰਡ ਦੇ ਵਿੱਚ ਹੀ ਨਹੀਂ ਹੈ। 10 ਫੁੱਟ ਕਿਹਾ ਜਾ ਰਿਹਾ ਤਸਵੀਰਾਂ 'ਚ, ਤੁਸੀਂ ਆਪ ਖੁਦ ਦੇਖਿਆ ਸੋਸ਼ਲ ਮੀਡੀਆ ਦੇ ਉੱਪਰ, ਉਹ 10 ਫੁੱਟ ਹੈ, 100-150 ਫੁੱਟ ਹੈ, ਇਸ ਇਲਾਕੇ ਦੇ ਲੋਕ ਜਾਣਦੇ ਹੈ। ਜਿੰਨੀ ਡੂੰਘਾਈ ਤੱਕ ਉਹ ਮਾਈਨਿੰਗ ਕਰ ਦਿੱਤੀ ਹੈ ਅਤੇ ਉਹ ਜਿਹੜਾ ਲਿਕੁਇਡ ਫੋਮ ਜਿਹਨੂੰ ਆਪਾਂ ਕਹਿੰਦੇ ਹਾਂ, ਜਲੇ ਇੱਕ ਜ਼ਮੀਨ ਦੀ ਤਹਿ ਦੇ ਹੇਠਾਂ 70 ਫੁੱਟ ਤੱਕ ਰੇਤਾ ਆ ਜਾਂਦਾ ਹੈ, ਉਹ ਰੇਤੇ ਨੂੰ ਵੀ ਇਹਨਾਂ ਨੇ ਤਬਾਹ ਕਰ ਦਿੱਤਾ। ਉਹੀ ਰੇਤਾ ਹੈ ਜਿਸ ਜਗ੍ਹਾ ਦੇ ਉੱਪਰ ਹੇਠਲਾ ਜ਼ਮੀਨ ਦਾ ਪਾਣੀ ਜਿਹੜਾ ਚੱਲਦਾ ਹੈ। ਅਸੀਂ ਕੇਵਲ ਕਹਿੰਦੇ ਹਾਂ ਵੀ ਬੋਰ ਅਸੀਂ ਕੀਤਾ ਜੀ, 70 ਫੁੱਟ 'ਤੇ ਪਾਣੀ ਆ ਗਿਆ, 100 ਫੁੱਟ 'ਤੇ ਆ ਗਿਆ, 150 ਫੁੱਟ 'ਤੇ ਆ ਗਿਆ, 300 ਫੁੱਟ 'ਤੇ ਆ ਗਿਆ, ਇਹ ਤਹਿਾਂ ਹੁੰਦੀਆਂ ਪਾਣੀ ਦੀਆਂ ਅਤੇ ਜ਼ਮੀਨ ਦੇ ਹੇਠਾਂ ਵੀ ਉਸ ਰੇਤੇ ਦੇ ਵਿੱਚ ਦਰਿਆ ਦੇ ਤਰੀਕੇ ਦੇ ਨਾਲ ਹੀ ਇਹ ਪਾਣੀ ਵਹਿੰਦਾ ਹੁੰਦਾ ਹੈ। ਜਦੋਂ ਉਸ ਤਹਿ ਨੂੰ ਤੁਸੀਂ ਤਹਿਸ ਨਹਿਸ ਕਰ ਦਿੰਦੇ ਹੋ ਅਤੇ ਪਾਣੀ ਲਗਭਗ ਉਹ ਅਗਲੀ ਤਹਿ ਦੇ ਉੱਪਰ ਚਲੀ ਜਾਂਦੀ ਹੈ ਅਤੇ ਇਹ ਸਮਝ ਲਓ ਹਾਜੀਪੁਰ ਮੁਕੇਰੀਆਂ ਦੇ ਲੋਕ ਤੁਹਾਡੀ ਜਿਹੜੀ ਪਹਿਲੀ ਤਹਿ ਹੈ ਪਾਣੀ ਵਾਲੀ, ਉਹ ਮਾਈਨਿੰਗ ਮਾਫੀਆ ਨੇ ਇਸ ਇਲਾਕੇ ਦੇ ਵਿੱਚ ਤਹਿਸ ਨਹਿਸ ਕਰ ਦਿੱਤੀ। ਹੁਣ 6 ਮਹੀਨੇ ਦੇ ਵਿੱਚ ਹੀ ਰਿਜ਼ਲਟ ਆ ਜਾਣਾ ਵੀ ਇੱਥੋਂ 50 ਫੁੱਟ ਪਾਣੀ ਡੂੰਘਾ ਜਾਏਗਾ। ਸਰਕਾਰ ਮਾਨ ਸਰਕਾਰ ਜਿਹੜੀ ਪਾਣੀ ਬਚਾਉਣ ਦੀ ਗੱਲ ਕਰਦੀ ਹੈ, ਕਿਸਾਨ ਸੁੱਕੀ ਬਿਜਾਈ ਕਰੇ ਤਾਂ 1500 ਰੁਪਏ ਦੇਵਾਂਗੇ, ਮਾਨ ਸਰਕਾਰ ਨੂੰ ਇਹ ਦੇਖ ਲੈਣਾ ਚਾਹੀਦਾ। ਹਰਜੋਤ ਬੈਂਸ ਇਕੱਲਾ ਮਨਿਸਟਰ ਨੂਰਪੁਰ ਬੇਦੀ ਦਾ ਜਾਂ ਰੋਪੜ ਦਾ ਨਹੀਂ ਹੈ, ਹਰਜੋਤ ਬੈਂਸ ਦੀ ਜ਼ਿੰਮੇਵਾਰੀ ਪੂਰੇ ਪੰਜਾਬ ਦੇ ਵਿੱਚ ਹੈ। ਮਾਈਨਿੰਗ ਫਾਜ਼ਿਲਕੇ ਦੇ ਵਿੱਚ ਵੀ ਹੋ ਰਹੀ ਹੈ, ਮਾਈਨਿੰਗ ਪਠਾਨਕੋਟ ਦੇ ਵਿੱਚ ਵੀ ਹੋ ਰਹੀ ਹੈ, ਮਾਈਨਿੰਗ ਹੁਸ਼ਿਆਰਪੁਰ ਦੇ ਵਿੱਚ ਵੀ ਹੋ ਰਹੀ ਹੈ, ਮੋਹਾਲੀ, ਜਲੰਧਰ, ਹਰ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਛੱਡਿਆ ਕ੍ਰਸ਼ਰ ਮਾਫੀਆ ਨੇ, ਮਾਈਨਿੰਗ ਮਾਫੀਆ ਨੇ, ਜਿਸ ਇਲਾਕੇ ਦੇ ਵਿੱਚ ਇਹ ਮਾਈਨਿੰਗ ਦਾ ਆਪਣਾ ਗਰੁੱਪ ਧੰਦਾ ਕਰ ਨਹੀਂ ਰਹੇ। ਹੁਸ਼ਿਆਰਪੁਰ ਦਾ ਪ੍ਰਸ਼ਾਸਨ ਕੀ ਕਰ ਰਿਹਾ ਮੈਨੂੰ ਸਮਝ ਨਹੀਂ ਲੱਗਦੀ। 2-3 ਦਿਨ ਬੀਤ ਗਏ ਆ, 2-3 ਦਿਨਾਂ ਦੇ ਵਿੱਚ ਨਾ ਤਾਂ ਕੋਈ ਕਾਰਵਾਈ ਹੈ, ਨਾ ਉਹ ਮਾਈਨਿੰਗ ਬੰਦ ਹੋਈ ਹੈ ਅਤੇ ਜਿਹੜੇ ਵੱਡੇ ਵੱਡੇ ਖੱਡੇ ਪਏ ਹੋਏ ਆ, ਜਿਹੜਾ ਹਰਜੋਤ ਬੈਂਸ ਇਹ ਕਹਿ ਰਿਹਾ ਸੀ ਵੀ ਉਹ ਖੱਡੇ ਮੇਰੇ ਤੋਂ ਪਹਿਲਾਂ ਹੈ, ਅਜੇ ਪਾਂਡੇ ਕਹਿ ਰਿਹਾ ਸੀ, ਅਤੇ ਜੇ ਪਹਿਲਾਂ ਵੀ ਹੋਇਆ ਤਾਂ ਉਹਨਾਂ 'ਤੇ ਕਾਰਵਾਈ ਕਰਨੀ ਤਾਂ ਬਣਦੀ ਹੈ ਨਾ, ਪਟਾਈ ਹੋਈ ਹੈ, ਖਜ਼ਾਨੇ ਨੂੰ ਚੂਨਾ ਲੱਗਾ ਹੈ, ਲੋਕਾਂ ਦੀ ਰੈਵਨਿਊ ਨੇ ਸਾਹ ਅਸੀਂ ਵੀ ਲੈਣਾ, ਇਸ ਮਿੱਟੀ ਦੇ ਮਾਲਕ, ਇਸ ਭਾਰਤ ਦੇ 125 ਕਰੋੜ ਲੋਕ ਹੈ, ਉਹਨਾਂ ਸਾਰਿਆਂ ਦੇ ਲਈ ਤੁਸੀਂ ਪ੍ਰਬੰਧ ਕਰਨਾ ਹੈ। ਇਸ ਕਰਕੇ ਇਹ ਸੰਜੀਦਗੀ ਹੈ, ਇਹ ਸਮਝਾਉਣ ਦਾ ਜਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਹੈ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਗੱਲ ਵਾਪਰੀ ਹੈ। ਮਾਈਨਿੰਗ ਬੜੀ ਸੀਰੀਅਸਲੀ ਇਸ਼ੂ ਹੈ ਸਾਡੇ ਇਸ ਇਲਾਕੇ ਦਾ, ਕੰਢੀ ਦਾ ਖੇਤਰ ਹੈ, ਇੱਥੇ ਪਹਾੜ ਪੱਟੇ ਜਾ ਰਹੇ ਜਿਸ ਤਰੀਕੇ ਦੇ ਨਾਲ, ਖੇਤ ਪੱਟੇ ਜਾ ਰਹੇ ਜਿਸ ਤਰੀਕੇ ਦੇ ਨਾਲ, ਇਹ ਖਤਰਨਾਕ ਸਥਿਤੀ ਹੈ। ਇਸ ਖਤਰਨਾਕ ਸਥਿਤੀ ਤੋਂ ਬਾਹਰ ਆਉਣ ਦੇ ਲਈ ਇਸ ਇਲਾਕੇ ਦੇ ਹਰ ਇੱਕ ਸ਼ਖਸ ਨੂੰ ਬੋਲਣੇ ਪੈਣਾ ਆਪਣੇ ਉਸ ਸਿਆਸੀ ਧਿਰਾਂ ਦੇ ਨਾਲ ਜਿਨ੍ਹਾਂ ਨੂੰ ਸੰਬੰਧ ਵੀ ਤੁਸੀਂ ਰੱਖੇ ਹੋਏ ਆ, ਚਾਹੇ ਉਹ BJP ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ, ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿਉਂਕਿ ਜੇ ਇਲਾਕਾ ਬਚਾਉਣਾ, ਪੰਜਾਬ ਬਚਾਉਣਾ ਹੈ ਤਾਂ ਤੁਹਾਨੂੰ ਇਸ ਮਾਈਨਿੰਗ ਨੂੰ ਇੱਥੋਂ ਬੰਦ ਜ਼ਰੂਰ ਕਰਾਉਣਾ ਚਾਹੀਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਵਾਪਰੀ ਹੈ, ਇਹ ਗੱਲ ਤੁਹਾਡੇ ਨਾਲ ਸਾਰੀ ਸਾਂਝੀ ਕਰਨੀ ਜ਼ਰੂਰੀ ਸੀ।
क्योंकि हालात बद तो बदतर होंगे जा रहे हैं। जे असी ये विरुद्ध बोले नहीं, इनू बंद ना कराया, आने वाले समय के विच होर जिहड़े हालात बदतर होणगे, ते पंजाब सरकार नू असी अपील करते हैं कि जिहड़ा पंजाब दे विच अमन शांति का जिहड़ा माहौल है उहनू बहाल करन दे लई जतन करे, मुस्तैदी दे नाल जतन करे। ये जरूरी है, जिम्मेवारी है। पंजाब की नौजवानी बेरोजगारी का संताप हंडा रही है, जिहड़ी एक बड़े हादसे नू होण दा कारण भी बन रही है। सरकार इहदे ते काम करे, नहीं तो आने वाले समय के असी लगातार जतन कर रहे हैं। असी जथेबंदी वालों भी ये कह रहे हैं, 24 मई में एक बड़ा इकट्ठ करके कन्वेंशन करके असी सरकार को चेतावनी पहले दिन दी है कि पंजाब के नौजवान रुजगार की मांग कर रहे हैं। अज ओवरएज हो रहे हैं नौजवान, जिन्हों के लिए रुजगार तुरंत रुजगार का प्रबंध होना जरूरी है। अज पंजाब के 75,500 नौजवानों ने जिन्होंने ग्राउंड क्लीयर किया हो आर्मी की भर्ती के लिए, उसके लिए सरकार क्यों नहीं बोलती, उसका प्रबंध करे, उसके बच्चों का टेस्ट लवे। ओवरेज होके वो घरां दे विच मायूस बैठे हुए हैं बच्चे, इहदा प्रबंध करे। पंजाब दी वड्डी नौजवानी पढ़ लिख के अज किसी ना किसी खेत्र दे लई तैयार बैठी है काम करन दे लई, ते सरकार दी जिम्मेवारी उहनां सारिआं दा प्रबंध करना। ते माइनिंग दा खेत्र जिहड़ा लगातार प्रभावित कर रिहा, सरकार पूरी जिम्मेवारी दे नाल इस सारी माइनिंग नूं बंद करे। प्रशासन जिहड़ा लोकल पद्धर ते जित्थों तक भी हो सकदा, तुसीं भी साह लैणा इसे वातावरण च। कुदरत का लगातार घार कर रहा, जानवरों का, पशुओं का, पंछियों का लगातार ये माइनिंग माफिया घार कर रहा। इस करके तुहाडी भी जिम्मेवारी बनती है कि इस माइनिंग माफिया नूं नत्थ पाई जाए, इस माइनिंग नूं पंजाब दे विचों बंद करा के पंजाब की जिहड़ी आबो हवा है उहनूं बचाया।